तू अपना यूट्यूब चैनल ते खोले ते तू अपनी मेहनत करना पे मेहनत करनी ते पीछा ना हटी इंशाल्लाह मेहनत क्योंकि जब तुसा मेहनत करे सो उ कि हर रोज डेली दी वीडियो ते अपलोड करनी है डेली दी ते विच तो को पता है मैं एक छोटी वीडियो अपलोड नहीं की है वल मैं यार नहीं हर रोज़ वीडियो अपलोड करे सो इंशाल्लाह ते क्योंकि इंसान जी दोस्तों मौसम काफ़ी गड़बड़े बादल बड़े हुए बादल तो मैं दिखा रहे हैं बादल देख सकते भाई बादल है राजी हल्की हल्की सामने अस्सलाम वालेकुम रहमतुल्लाहि व बरकातहू। मैं हां मोहम्मद अदनान और तुसां दे मेरे YouTube चैनल कुलाब टीवी। उम्मीद करना अल्लाह दे करम नाल अल्लाह दे फजल नाल मैं भी ठीक हां तुसां भी ठीक हो सो। तो सब तो पहले मेरे चैनल को सब्सक्राइब करे सो लाइक करे सो तो करने वीडियो स्टार्ट। दोस्तों आज दी वीडियो बड़ी मज़ेदार है और बड़ी दिलचस्प है। टाइम थींदा पे 7:15 दा तो मैं उठिया हां अल्हम्दुलिल्लाह तो वीडियो अज बड़ी मज़ेदार हो सी इंशाल्लाह। वीडियो स्किप नहीं करनी है वीडियो पूरी वॉच करनी है तो मैं जितने भी सो बेहतरीन माहौल लिखे सा और खूबसूरत इंजॉय करे सो क्योंकि अल्हम्दुलिल्लाह बाहर भी सो तो पता चल सी मौसम की है और क्या सूरत हाल है। वीडियो स्किप नहीं करनी वीडियो पूरी वॉच करनी है तो वीडियो नाल जुड़े रहो अगर वन तो मजीद मैं माहौल माहौल लिखे सा और क्या हाल वाल है क्या क्या सिस्टम है मैं दिखावना इंशाल्लाह। जी दोस्तों मौसम काफ़ी गड़बड़े बादल बड़े हुए बादल तो मैं दिखा रहे हैं बादल देख सकते भाई बादल है राजी हल्की हल्की सामने धुंध भी है हल्की हल्की ढिंग क्यों मारे क्या पता नहीं सुक्की टाली है बिल्कुल कमाल जबरदस्त ओए 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 ए उड़े उड़े ओए ओए उड़े उड़े ओए ओए उड़े 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 कम ऑन उड़े कोई चला चला उड़े ओए गुल्लोरे ने यार उड़ दे उड़े
ਖੈਰ ਕਿਹਦੇ ਵੇ ਤਿਆਰੀ ਹੈ ਕਿਦਾ ਕਿਹੜੀ ਕਿਤਾਬ ਕਿਹਦੀ ਬਾਹਰ ਦੀ ਕਿਤਾਬ ਲਿਖਾਂ ਬਾਹਰ ਦੀ ਕਿਤਾਬ ਜੇ ਤੂੰ ਕਿਵੇਂ ਪੜਦਾ ਪਈ ਮੈਂ ਨਕਰੇ ਸਕੂਲ ਰੈਜ਼ਿੰਗ ਬੈਂਕ ਨਕਰੇ ਨਕਰਾ ਰੈਜ਼ਿੰਗ ਸਕੂਲ ਅੱਛਾ ਅੱਛਾ ਚਲੋ ਚਲੋ ਠੀਕ ਇਹ ਵੈਲਡਿੰਗ ਵਾਲੀ ਦੁਕਾਨ ਹੈ ਸੀ ਦੋਸਤੋ ਇਹ ਹੋਟਲ ਦੇ ਆ ਗਏ ਖਲੀਲ ਭਾਈ ਦੇ ਹੋਟਲ ਦੇ ਖੈਰ ਕਿਆ ਕਰਨ ਆਇਆ ਕਰੀ ਤਾਂ ਇੱਥੇ ਕਿਆ ਕਰਨ ਆਇਆ ਕਰੇ ਚਾਹ ਪੀਵਣ ਚਾਹ ਦਾ ਕਿਵੇਂ ਟੈਸਟ ਹੈ ਬਿਹਤਰੀ ਨਹੀਂ ਮੈਂ ਕਿਆ ਮਾਰ ਸਰ ਖਲੀਲ ਚਾਹ ਤਾਂ ਪਿਲਾ ਦੇ ਮਿਹਰਬਾਨੀ ਅਸੀਂ ਬਿਹਤਰੀਨ ਟੈਸਟ ਹੈ ਆ ਚਾਹ ਪੀ ਤੇ ਚੈੱਕ ਕਰਦੇ ਹਾਂ ਟੈਸਟ ਨਾ ਕਿਵੇਂ ਚਾਹ ਦਾ ਠੀਕ ਹੈ ਹੈ ਕਿਵੇਂ ਹੈਗਾ ਨਾ ਐ ਬਸ਼ੀਰ ਭਾਈ ਕੀ ਰਸ ਇਨਸਾਨ ਹੈ ਰਸ ਬਾਲ ਨੂੰ ਫੋਟੋ ਸ਼ੇਕ ਨਹੀਂ ਪਿਆ ਨਾ ਬਾਲ ਜੀ ਦੋਸਤੋ ਅੱਜ ਤੱਕ ਮੈਂ ਗੱਲ ਕਰੇ ਸਾਂ ਤੇ ਮਸਲਾ ਇਹ ਅਕਸਰ ਲੋਕ ਜਿਹੜੇ ਇੱਕ ਨਾਕਾਮ ਕਰਦੇ ਨੇ ਕੋਈ ਵੀ ਨਸ਼ੋਬਾ ਹੈ ਚੈਨਲ ਯੂਟਿਊਬ ਚੈਨਲ ਖੁੱਲ੍ਹੇ ਨੇ ਯੂਟਿਊਬ ਚੈਨਲ 'ਤੇ ਕੰਮ ਕਰਦੇ ਨੇ ਜਾਂ ਤਾਲੀਮ ਜਾਂ ਕੋਈ ਹੁਨਰ ਸਿੱਖਦੇ ਨੇ ਕੋਈ ਕੰਮ ਵੀ ਹੈ ਤਾਂ ਮੈਂ ਇੱਕ ਅਪੀਲ ਕਰੇ ਸਾਂ ਦੋਸਤਾਂ ਕੋਲ ਬਰਾਏ ਮਿਹਰਬਾਨੀ ਆਪਣਾ ਉਹ ਕੰਮ ਨਾ ਤੁਸੀਂ ਜਾਰੀ ਰੱਖੋ ਹਿੰਮਤ ਨਾ ਹਾਰੋ ਹਿੰਮਤ ਨਹੀਂ ਹਾਰਨੀ ਕਿਉਂਕਿ ਇਹਨੇ ਪਿੱਛਾ ਨਹੀਂ ਹਟਣਾ ਤੁਸਾਂ ਜਦ ਤੁਸਾਂ ਪਿੱਛਾ ਹਟ ਸੋ ਨਾਕਾਮੀ ਹੈ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਉਡਮਾ ਦੱਸਦਾ ਪਈ ਹਾਂ ਮੇਰਾ ਇੱਕ ਨਾ ਦੋਸਤ ਹੈ ਉਹ ਮੇਰੇ ਕੋਲ ਗੱਲ ਕਿਤੇ ਉਹਦੇ ਨਾਲ ਵੀ ਮਸਲਾ ਹੈ ਤੂੰ ਆਪਣਾ ਯੂਟਿਊਬ ਚੈਨਲ ਤੈਂ ਖੋਲ੍ਹੇ ਅਤੇ ਤੂੰ ਆਪਣੀ ਮਿਹਨਤ ਕਰਦਾ ਪਈ ਮਿਹਨਤ ਕਰੀ ਅਤੇ ਪਿੱਛਾ ਨਾ ਹਟੀ ਇਨਸ਼ਾਅੱਲਾ ਮਿਹਨਤ ਕਿਉਂਕਿ ਜਦ ਤੁਸਾਂ ਮਿਹਨਤ ਕਰੇ ਸੋ ਉਹ ਕਿ ਹਰ ਰੋਜ਼ ਡੇਲੀ ਦੀ ਵੀਡੀਓ ਤੈਂ ਅਪਲੋਡ ਕਰਨੀ ਹੈ ਡੇਲੀ ਦੀ ਅਤੇ ਵਿੱਚ ਤੁਹਾਨੂੰ ਪਤਾ ਹੈ ਮੈਂ ਇੱਕ ਛੋਟੀ ਵੀਡੀਓ ਅਪਲੋਡ ਨਹੀਂ ਕੀਤੀ ਹੈ ਵੱਲ ਮੈਂ ਕਿਹਾ ਯਾਰ ਨਹੀਂ ਹਰ ਰੋਜ਼ ਵੀਡੀਓ ਅਪਲੋਡ ਕਰੇ ਸੋ ਇਨਸ਼ਾਅੱਲਾ ਅਤੇ ਕਿਉਂਕਿ ਇਨਸਾਨ ਕੋਈ ਵੀ ਕੰਮ ਕਰਦੇ ਕੋਈ ਵੀ ਸ਼ੋਭਾ ਹੈ ਤਾਂ ਕੋਈ ਕੰਮ ਵਿੱਚ ਇਨਸਾਨ ਜਦੋਂ ਮਿਹਨਤ ਕਰੇ ਸੀ ਅਸਟਾਬੇ ਅਸਟਾਬਾਂ ਦਾ ਕਾਮਯਾਬ ਦਿੰਦੇ ਹਰ ਕੰਮ ਅਸਟਾਬੇ ਅਸਟਾਬ ਕਾਮਯਾਬ ਦਿੰਦੇ ਇਹ ਨਾ ਆਖੋ ਯਾਰ ਮੈਂ ਹੁਣ ਮੈਂ ਕੰਮ ਸ਼ੁਰੂ ਕੀਤੇ ਅਤੇ ਮੈਂ ਮਿੰਟ 'ਚ ਮੇਰੇ ਕੋਲ ਉਹ ਮਿਹਨਤ ਜਿਹੜਾ ਉਹ ਮਿਹਨਤ ਦਾ ਫਲ ਮਿਲ ਵਾਂਗੇ ਉਹ ਨਹੀਂ ਮਿਲਦਾ ਇਹ ਕਹਿਣਾ ਮਿਲ ਸੀ ਅਸਟਾਬੇ ਅਸਟਾਬ ਹਰ ਕੰਮ ਅਸਟਾਬੇ ਅਸਟਾਬ ਬੰਦਾ ਕਾਮਯਾਬ ਦਿੰਦੇ ਅਤੇ ਅਕਸਰ ਲੋਕ ਆਖਦੇ ਨੇ ਯਾਰ ਅਸਾਂ ਕੋਈ ਕੰਮ ਕਰਦੇ ਪਏ ਹਾਂ ਅਤੇ ਲੋਕ ਨੇ ਗੱਲ ਹੀ ਕਰਦੇ ਨੇ ਲੋਕਾਂ ਦੀ ਗੱਲ ਹੀ ਕੋਈ ਨਾ ਛੋੜੋ ਤੁਸਾਂ ਲੋਕਾਂ ਦੀ ਗੱਲ ਹੀ ਕਰਨ ਨਾਲ ਤੁਹਾਡੀ ਕਾਮਯਾਬੀ ਹੈ ਇਹ ਸਮਝ ਲੋਕਾਂ ਦੀ ਗੱਲ ਹੀ ਸੁਣ ਸੋ ਤਾਂ ਇਹ ਕਾਮਯਾਬੀ ਹੈ ਹੁਣ ਮੈਂ ਤੁਹਾਨੂੰ ਗੱਲ ਦੱਸੇ ਸਾਂ ਝੂਠ ਹੈ ਅਤੇ ਲਾਨਤ ਠੀਕ ਹੈ ਅਤੇ ਮਸਲਾ ਇਹ ਮੈਂ ਜਦੋਂ ਆਪਾਂ ਯੂਟਿਊਬ ਚੈਨਲ ਮੈਂ ਖੋਲ੍ਹੇ ਪਹਿਲੀ ਵੀਡੀਓ ਮੈਂ ਅਪਲੋਡ ਕੀਤੀ ਯੂਟਿਊਬ 'ਤੇ ਅਤੇ ਮੇਰੇ ਆਪਣੇ ਇਲਾਕੇ ਦੇ ਰਿਸ਼ਤੇਦਾਰ ਕੌਮ ਦੇ ਆਦਿਆਂ ਨੇ ਯਾਰ ਉਹਦੇ ਨਾਲ ਨਾ ਤੇ ਕੋਈ ਬੋਲਣ ਦਾ ਪਤਾ ਹੈ ਨਾ ਤੇਰੀ ਤਾਲੀਮ ਹੈ ਤੂੰ ਕਿਆ ਕਰੇ ਸੇ ਮੈਂ ਆਖੀ ਮੈਂ ਜਦੋਂ ਕੋਈ ਕਰੇ ਸਾਂ ਇਨਸ਼ਾਅੱਲਾ ਮਿਹਨਤ ਕਰੇ ਸਾਂ ਤਾਲੀਮ ਹੀ ਕਿਆ ਨਹੀਂ ਮੇਰੇ ਕੋਲ ਮੈਂ ਝੂਠ ਨਾ ਮਰੇ ਸਾਂ ਤਾਲੀਮ ਹੀ ਕਿਆ ਨਹੀਂ ਮੇਰੇ ਕੋਲ ਮੈਂ 0/0 ਕਿਉਂਕਿ ਮੈਂ ਝੂਠ ਮਾਰਾਂ ਕੋਈ ਕੋਈ ਇਹ ਕੋਈ ਮੱਥੇ ਤਾਂ ਨਹੀਂ ਲਿਖਿਆ ਹੋਇਆ ਮੇਰੀ ਤਾਲੀਮ ਹੈ ਜਾਂ ਤਾਲੀਮ ਕਿਆ ਨਹੀਂ ਮੈਂ ਝੂਠ ਵੀ ਬੋਲ ਸਕਦਾ ਮੇਰੀ ਮੈਟ੍ਰਿਕ ਜਾਂ FA ਜਾਂ ਜੋ ਵੀ ਇਹ ਮਿਸਾਲੇ ਤਾਂ ਮੈਂ ਝੂਠ ਮਾਰ ਸਕਦਾ ਮੈਂ ਝੂਠ ਨਹੀਂ ਮਰਿੰਦਾ ਕਿਉਂਕਿ ਝੂਠ ਮਾਰਨ ਨਾਜਾਇਜ਼ ਹੈ ਗੱਲ ਉਹ ਕਰੋ ਅੱਲਾ ਰਸੂਲ ਕੋ ਪਸੰਦ ਇਨਸਾਨ ਕੋ ਪਸੰਦ ਤਾਂ ਮੇਰੀ ਤਾਲੀਮ ਕਹਿੰਦੇ ਤਾਂ ਮੇਰੇ ਕੋਲ ਜਦੋਂ ਆਖਿਆ ਨਾ ਯਾਰ ਤੇਰੀ ਤਾਲੀਮ ਕਹਿੰਦੀ ਸਾਰਾ ਕੁਝ ਤੂੰ ਛੋੜੇ ਕੰਮ ਇਸੇ ਹੀ ਕਹਿੰਦੇ ਮੈਂ ਕਿਹਾ ਨਹੀਂ ਮੈਂ ਸਟੱਪ ਬੇ ਸਟੱਪ ਕਾਮਯਾਬੀ ਸਟੱਪ ਬੇ ਸਟੱਪ ਮੈਂ ਮਿਹਨਤ ਕਰੇ ਸਾਂ ਅਤੇ ਮੈਂ ਇੱਕ ਬੰਦੇ ਕੋਲ ਮੁਲਤਾਨ ਦਾ ਦੋਸਤ ਹੈ ਉਹ ਯੂਟਿਊਬਰ ਹੈ ਉਹਦੇ ਕੋਲ ਮੈਂ ਵੀਡੀਓ ਅਪਲੋਡ ਕੀਤੀ ਆਈ ਨਾ ਵਟਸਐਪ 'ਤੇ ਮੈਂ ਲਿੰਕ ਸ਼ੇਅਰ ਕੀਤਾ ਮੈਂ ਕਿਹਾ ਬਾਈ ਜਾਨ ਇਹ ਚੈੱਕ ਕਰੋ ਮੇਰੀ ਵੀਡੀਓ ਕੈਸੀ ਹੈ ਕਿਵੇਂ ਹੈ ਉਹ ਚੈੱਕ ਕੀਤੇ ਉਹ ਆਖੇ ਯਾਰ ਤੇਰੀ ਵੀਡੀਓ ਦਾ ਮਹੀਆ ਮਜ਼ਾ ਕਹਿ ਨਹੀਂ ਉਹ ਟਾਈਮ ਨਾ ਤ੍ਰੀਜੀ ਵੀਡੀਓ ਮੈਂ ਅਪਲੋਡ ਕੀਤੀ ਆਈ ਉਹ ਆਖੇ ਯਾਰ ਤੇਰੀ ਵੀਡੀਓ ਦਾ ਮਜ਼ਾ ਕਹਿ ਨਹੀਂ ਮੈਂ ਪਰੇਸ਼ਾਨ ਸੀ ਗਿਆ ਮੈਂ ਕਿ ਉਹ ਆਖੇ ਨਾ ਮਜ਼ਾ ਕਹਿ ਨਹੀਂ ਤਾਂ ਮਿਹਨਤ ਕਰਨੀ ਪਊ ਸੀ ਵੱਲ ਮੈਂ ਜਿਉਂ ਮਿਹਨਤ ਕੀਤੀ ਹੈ ਅਲਹਮਦੁਲਿਲਾ ਅੱਜ ਉਹ ਮੇਰੀ ਚੈਨਲ 'ਤੇ ਵਿਜ਼ਿਟ ਕੀਤੇ ਉਹ ਆਖੇ ਸਾਰੇ ਕੋਲ ਜ਼ਿਆਦਾ ਜਿਹੜੀ ਵੀਡੀਓ ਅੱਛੀ ਹੈ ਮਾਸ਼ਾਅੱਲਾ ਅਜੇ ਸਮਝ ਜਿਹੜੀ ਮੈਂ ਗੱਲ ਕਰਨਾ ਪਿਆ ਉਹ ਆਖੇ ਉਹਦੇ ਨਾਲ ਵੀ ਸਾਰੇ ਕੋਲ ਵੀ ਤੇਰੀ ਅੱਛੀ ਵੀਡੀਓ ਹੈ ਠੀਕ ਹੈ ਨਾ ਕਿਉਂਕਿ ਇਹ ਹਰ ਕੰਮ ਅਸਟਾਪ ਬੇ ਸਟਾਪ ਮੇਰੇ ਕੋਈ ਚੀਜ਼ ਦਾ ਪਤਾ ਕਹਿੰਦਾ ਅੱਜ ਮੈਂ ਲੋਕ ਮੈਂ ਸਮਝਿੰਦਾ ਯਾਰ ਚੈਨਲ ਦੇ ਬਾਰੇ ਇਹ ਗੱਲ ਕਰਨੀ ਇਹ ਸਿਸਟਮ ਇਹ ਕਿਵੇਂ ਥਾਮਨੇਲ ਕਿਆ ਸੈਟਿੰਗ ਹੈ ਅੱਜ ਮੈਂ ਲੋਕ ਮੈਂ ਸਮਝਿੰਦਾ ਠੀਕ ਹੈ ਨਾ
पहले मैं लोगों को मैं सीखता हूँ तालीम याफ्ता एम इंग्लिश डब्बेल एम इंग्लिश मैं समझता उन्होंने यार ये चैनल के बारे या कोई गाल किमें है क्या प्रोसेस है। अलहमदुल्ला अल्लाह पाक ने मेहनत की है अलहमदुल्ला हर काम स्टेप बाय स्टेप बंदा कामयाब थे तो इंशाल्लाह हिम्मत नहीं हारनी अपनी हिम्मत काम जारी रखने तो इंशाल्लाह अल्लाह पाक हर मुसलमान को कामयाब करे कोई भी मकसद है बंदा निकले अल्लाह पाक मकसद पूरा करे तो इंशाल्लाह वीडियो अच्छी लगी होगी वीडियो अच्छी लगी वीडियो पूरी वाच करे सो और मेरे चैनल को सब्सक्राइब करे सो ठीक है ना। तो मैं हूँ करना वीडियो का एंड पाकिस्तान जिंदाबाद पाक फौज जिंदाबाद अल्लाह हाफिज़ अपना ख्याल रखना है तो कहीं कोई गलत गाल नहीं करनी अल्लाह मेहरबानी।